ਜੈ ਵਾਲਮੀਕਿ, ਹਰ ਹਰ ਵਾਲਮੀਕਿ, ਜੈ ਭੀਮ, ਜੈ ਭਾਰਤ। ਜਿਵੇਂ ਕਿ ਸਮੂਹ ਸੰਗਤਾਂ ਨੂੰ ਪਤਾ ਕਿ 17 ਅਕਤੂਬਰ ਨੂੰ ਪੂਰੇ ਵਿਸ਼ਵ ਭਰ ਦੇ ਵਿੱਚ ਰਮਾਇਣ ਰਚੇਤਾ, ਸ੍ਰਿਸ਼ਟੀ ਰਚੇਤਾ, ਲਵ ਕੁਸ਼ ਦੇ ਪਾਲਨਹਾਰ, ਸੀਤਾ ਮਾਤਾ ਦੇ ਰਕਸ਼ਕ, ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਹੀ ਵਿਸ਼ਵ ਦੇ ਵਿੱਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ। ਤੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਤੀਰਥ ਯਾਤਰਾ ਜੋ ਕਿ 11 ਅਕਤੂਬਰ ਨੂੰ ਪ੍ਰਾਚੀਨ ਭਗਵਾਨ ਵਾਲਮੀਕਿ ਮੰਦਿਰ ਤੋਂ ਚੱਲ ਕੇ ਅੰਮ੍ਰਿਤਸਰ ਭਗਵਾਨ ਵਾਲਮੀਕਿ ਤੀਰਥ ਤੱਕ ਜਾਏਗੀ। ਤੇ ਸੰਗਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਜੋਸ਼ ਆ ਪ੍ਰਕਾਸ਼ ਦਿਹਾੜੇ ਨੂੰ ਲੈ ਕੇ, ਜੋ ਉਤਸ਼ਾਹ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਵਾ ਸੰਗਤਾਂ ਦੇ ਵਿੱਚ, ਤੇ ਸ਼ਹਿਰਾਂ ਦੇ ਵਿੱਚ ਵੀ ਇਸ ਵਾਰ ਉਨਾ ਹੀ ਉਤਸ਼ਾਹ ਵਾ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ। ਤੇ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਕੁਛ ਪੋਸਟਾਂ ਜਾਰੀ ਕੀਤੀਆਂ ਗਈਆਂ ਕਿ ਜਿਸ ਦੇ ਵਿੱਚ ਦੱਸਿਆ ਗਿਆ ਕਿ 4 ਅਕਤੂਬਰ ਨੂੰ ਪੰਜਾਬ ਪੂਰਨ ਤੌਰ ਤੇ ਬੰਦ ਆ। ਸੋ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਸ਼ਹਿਰ ਸਾਡਾ ਵਾ, ਸ਼ਹਿਰਦਾਰ ਸਾਡੇ ਆ, ਦੁਕਾਨਦਾਰ ਸਾਡੇ ਆ, ਕੋਈ ਵੀ ਸ਼ਹਿਰ ਦੀ ਇੱਕ ਵੀ ਦੁਕਾਨ ਪੰਜਾਬ ਦੇ ਵਿੱਚ ਬੰਦ ਨਹੀਂ ਹੋਵੇਗੀ। ਇਹ ਕਿਸੇ ਵੀ ਜਥੇਬੰਦੀ ਵੱਲੋਂ ਕੋਈ ਕਾਲ ਨਹੀਂ ਗੀ, ਕਿਸੇ ਵੀ ਵਾਲਮੀਕਨ ਜਥੇਬੰਦੀ ਵੱਲੋਂ ਵੀ ਨਹੀਂ, ਨਾ ਹੀ ਕਿਸੇ ਦਲਿਤ ਜਥੇਬੰਦੀ ਵੱਲੋਂ ਆ। ਤੇ ਸੋ ਮੈਂ ਜਿਹੜੇ ਵੀ ਸ਼ਰਾਰਤੀ ਅਨਸਰ ਇਹ ਵੀਡੀਓ ਨੂੰ ਜਾਂ ਪੋਸਟਾਂ ਨੂੰ ਬੰਦ ਵਾਲੀਆਂ ਨੂੰ ਵਾਇਰਲ ਕਰਦੇ ਆ, ਉਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਇੱਦਾਂ ਦੀਆਂ ਵੀਡੀਓ ਜਾਂ ਫੋਟੋਆਂ ਨਾ ਵਾਇਰਲ ਕਰੋ, ਪੰਜਾਬ ਦਾ ਮਾਹੌਲ ਨਾ ਖਰਾਬ ਕਰੋ। ਸਾਡਾ ਪ੍ਰਕਾਸ਼ ਦਿਹਾੜਾ ਵਾ, ਅਸੀਂ ਸਾਰੇ ਹੀ ਜਣੇ ਸਮੂਹ ਪੰਜਾਬ ਵਾਸੀ, ਜਿੰਨੇ ਵੀ ਵਾਲਮੀਕਿ ਸਮਾਜ ਦੀਆਂ ਸੰਸਥਾਵਾਂ ਵਾ, ਉਹ ਸਾਰੇ ਹੀ ਪੰਜਾਬ ਦੇ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਨੂੰ ਬਹੁਤ ਹੀ ਜ਼ਿਆਦਾ ਉਤਸ਼ਾਹ। ਹੁਣ ਆਪਣੀਆਂ ਆਪਣੀਆਂ ਅਸੀਂ ਤਿਆਰੀਆਂ ਕਰਨ ਦੇ ਪਏ ਹਾਂ, ਤਾਂ ਤੁਸੀਂ ਕਿਉਂ ਲੋਕਾਂ ਨੂੰ ਉੱਠੇ ਪਾਸੇ ਉਲਝਾ ਰਹੇ ਹੋ? ਸੋ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਫਿਰ ਤੋਂ ਦੁਬਾਰਾ ਦੱਸਣਾ ਚਾਹੁੰਦਾ ਕਿ ਕੋਈ ਵੀ ਪੰਜਾਬ ਬੰਦ ਨਹੀਂ ਹੋ 4 ਤਰੀਕ ਨੂੰ। ਔਰ ਜਿਹੜੇ ਵੀ ਸਾਡੇ ਵੀਰ ਵਾਲਮੀਕਨ ਸਮਾਜ ਦੇ ਜਾਂ ਸਮੂਹ ਦੇ ਦਿਹਾੜਾ ਜਿਨ੍ਹਾਂ ਨੇ ਮਨਾਉਣਾ ਵਾ, ਜਿਨ੍ਹਾਂ ਨੇ ਸ਼ੋਭਾ ਯਾਤਰਾਵਾਂ ਕੱਢਣੀਆਂ ਵਾ, ਜਿਨ੍ਹਾਂ ਨੇ ਪ੍ਰਕਾਸ਼ ਦਿਹਾੜਾ ਆਪਣੇ ਆਪਣੇ ਮੰਦਰਾਂ ਦੇ ਵਿੱਚ ਮਨਾਉਣਾ ਵਾ, ਰੋਸ਼ਨੀ ਦਾ ਤਿਉਹਾਰ ਮਨਾਉਣਾ ਵਾ, ਉਹ ਤੁਸੀਂ ਆਰਾਮ ਨਾਲ ਆਪਣੇ ਆਪਣੇ ਕੰਮ ਕਰੋ, ਇਸ ਫੇਕ ਪੋਸਟਾਂ ਦੇ ਪਿੱਛੇ ਨਾ ਜਾਓ, ਤੇ ਆਪਣਾ ਜਿਹੜਾ ਪ੍ਰਕਾਸ਼ ਦਿਹਾੜਾ ਵਾ ਉਹ ਬਹੁਤ ਹੀ ਜ਼ਿਆਦਾ ਧੂਮਧਾਮ ਦੇ ਨਾਲ ਮਨਾਓ। ਮੈਂ ਫਿਰ ਤੋਂ ਦੁਬਾਰਾ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਇਹੀ ਕਹਿਣਾ ਚਾਹੁੰਦਾ ਵਾਂ ਕਿ ਨਾ ਵਾਇਰਲ ਪੋਸਟਾਂ ਕਰੋ ਕਿ ਕੋਈ ਪੰਜਾਬ ਬੰਦ ਨਹੀਂ ਗਈ। ਜਿਹੜੇ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਹੈਗੇ ਆ, ਉਹ ਅਸੀਂ ਸੀਐਮ ਸਾਹਿਬ ਦੇ ਨਾਲ ਵੀ ਬੇਨਤੀ ਕੀਤੀ ਆ, ਸੀਐਮ ਸਾਹਿਬ ਦੇ ਨਾਲ ਸਾਡੀ ਗੱਲ ਵੀ ਹੋਈ ਆ, ਅੰਮ੍ਰਿਤਸਰ ਦੇ ਡੀਸੀ ਸਾਹਿਬ ਦੇ ਨਾਲ ਤੇ ਜਲੰਧਰ ਦੇ ਡੀਸੀ ਸਾਹਿਬ ਨੂੰ ਵੀ ਅਸੀਂ ਮਰਮੰਡਮ ਦਿੱਤੇ ਆ, ਉਹਨਾਂ ਨੂੰ ਵੀ ਬੇਨਤੀਆਂ ਕੀਤੀਆਂ ਵਾ ਕਿ ਜਿਹੜੇ ਇਲੈਕਸ਼ਨ 15 ਅਕਤੂਬਰ ਨੂੰ ਤੁਸੀਂ ਇੱਥੇ ਪੰਜਾਬ ਦੇ ਵਿੱਚ ਰੱਖੇ ਆ, ਇਹਨਾਂ ਨੂੰ ਅੱਗੇ ਕੀਤਾ ਜਾਵੇ, ਤੇ ਉਹ 1-2 ਦਿਨਾਂ ਤੱਕ ਉਹਨਾਂ ਦੀ ਕੋਲ ਆ ਜਾਣੀ ਆ। ਤੇ ਜਿਹੜੀ ਪੰਚਾਇਤ ਇਲੈਕਸ਼ਨ ਦੀ ਡੇਟ ਆ ਉਹ ਹੁਣ 20 ਤਰੀਕ ਤੋਂ ਬਾਅਦ ਹੋਏਗੀ। ਜੈ ਵਾਲਮੀਕਿ, ਹਰ ਹਰ ਵਾਲਮੀਕਿ, ਜੈ ਭੀਮ, ਜੈ ਭਾਰਤ।